ਬਠਿੰਡਾ ਵਿੱਚ ਫਸੇ ਕਸ਼ਮੀਰੀ ਲੋਕਾਂ ਨੂੰ ਜੰਮੂ ਆਪਣੇ ਘਰ ਜਾਣ ਵਾਲੀਆਂ ਬੱਸਾਂ ਸਰਹਾਲੀ ਤੋਂ ਵਾਪਸ ਜੰਮੂ ਵਾਸੀਆਂ ਨੂੰ ਜੰਮੂ ਸਰਕਾਰ ਨੇ ਲੈਣ ਤੋਂ ਕੀਤੀ ਇਨਕਾਰ। ਕਰੋਨਾ ਵਾਇਰਸ ਦੇ ਚੱਲਦੇ ਲੱਗੇ ਕਰਫਿਊ ਵਿੱਚ ਜੰਮੂ ਕਸ਼ਮੀਰ ਦੇ ਕਸ਼ਮੀਰੀ ਜੋ ਬਠਿੰਡਾ ਵਿੱਚ ਫਸ ਗਏ ਸਨ ਉਹਨਾਂ ਨੂੰ ਘਰ ਭੇਜਣ ਲਈ ਬਠਿੰਡਾ ਪ੍ਰਸ਼ਾਸਨ ਵੱਲੋਂ ਅੱਜ 90 ਦੇ ਕਰੀਬ ਲੋਕਾਂ ਨੂੰ 4 ਬੱਸਾਂ ਰਾਹੀਂ ਭੇਜਣ ਦਾ ਪ੍ਰਬੰਧ ਕੀਤਾ ਸੀ ਅਤੇ ਅੱਜ ਸਵੇਰੇ 9 ਵਜੇ ਬੱਸਾਂ ਰਵਾਨਾ ਕੀਤੀਆਂ ਸਨ। ਦੱਸ ਦਈਏ ਕਿ ਇਹ ਲੋਕ ਗਰਮੀ ਦੇ ਕਾਰਨ ਕਾਫੀ ਬੇਹਾਲ ਹਨ ਅਤੇ ਅੱਜ ਉਹ ਜਿੱਥੇ ਵੀ ਠਹਿਰੇ ਸਨ ਉੱਥੋਂ ਆਪਣੇ ਕਮਰੇ ਛੱਡ ਕੇ ਇਹਨਾਂ ਬੱਸਾਂ ਰਾਹੀਂ ਆਪਣੇ ਦੇਸ਼ ਜਾ ਰਹੇ ਸੀ। ਹੁਣ ਉਹਨਾਂ ਲਈ ਇੱਕ ਸਮੱਸਿਆ ਹੋਰ ਖੜ੍ਹੀ ਹੋਊਗੀ ਕਿ ਉਹਨਾਂ ਨੂੰ ਹੁਣ ਦੁਬਾਰਾ ਮਕਾਨ ਮਾਲਕ ਜਾਂ ਜਿੱਥੇ ਉਹ ਰਹਿ ਰਹੇ ਸਨ ਉਹ ਦੁਬਾਰਾ ਉਹਨਾਂ ਨੂੰ ਕਮਰੇ ਵਿੱਚ ਰਹਿਣ ਦੇਵੇਗਾ ਜਾਂ ਨਹੀਂ। ਇੱਕ ਇਹ ਵੀ ਉਹਨਾਂ ਲਈ ਸਮੱਸਿਆ ਬਣ ਗਈ ਹੈ। ਦੇਖਣਾ ਇਹ ਹੋਵੇਗਾ ਕਿ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਲਈ ਕੀ ਪ੍ਰਬੰਧ ਕਰਦਾ ਹੈ। ਰੌਫ ਅਹਿਮਦ ਹੈ। ਅੱਛਾ, ਕਿਆ ਕਿਆ ਹੁਆ ਵਾਪਸ? ਦੇਖੀ ਸਰ, ਹਮ ਯਹਾਂ ਪੇ ਕਾਫੀ ਟਾਈਮ ਸੇ ਲੋਕਡਾਊਨ ਮੈਂ ਸਰ, ਬਿਲਕੁਲ ਲੋਕਡਾਊਨ ਕਾ ਪਾਲਨ ਕੀਆ ਜਿਤਨੇ ਵੀ ਆਪ ਦੇਖ ਰਹੇ ਸਰ, ਜੋ ਕਿ ਸੈਕਿੰਡ ਫੇਜ਼ ਵੀ ਸਟਾਰਟ ਹੋਆ ਸਰ, ਹਮ ਨਿਕਲੇ ਨਹੀਂ ਹੈ ਰੂਮ ਸੇ ਸਰ, ਠੀਕ ਸਰ, ਕਹੀਂ ਨਾ ਕਰਕੇ ਜੋ ਹਮਾਰੇ ਪਾਸ ਪੈਸੇ ਥੇ ਸਰ, ਖੁਦ ਕੇ ਪੈਸੇ ਹਮਨੇ ਖਰਚ ਕੀਆ, ਕਈ ਐਡਮਿਨਿਸਟ੍ਰੇਸ਼ਨ ਨੇ ਵੀ ਬਠਿੰਡਾ ਐਡਮਿਨਿਸਟ੍ਰੇਸ਼ਨ ਨੇ ਵੀ ਮਦਦ ਕੀਆ ਸਰ, ਲੇਕਿਨ ਅੱਜ ਐਡਮਿਨਿਸਟ੍ਰੇਸ਼ਨ ਕੀ ਤਰਫ ਸੇ ਕੱਲ ਹਮੇ ਕਾਲ ਆਤੀ ਆਪ 6 ਵਜੇ ਰੇਡੀ ਰਹੀਏ, ਆਪ ਹਮਕੋ ਹਮ ਆਪਕੋ ਯਹਾਂ ਸੇ ਭੇਜ ਦੇਤੇ ਹੈ, ਠੀਕ ਸਰ। ਜੋ ਯਹਾਂ ਸੇ ਇਨਹੋਨੇ 6 ਵਜੇ ਨਿਕਾਲਾ ਸਰ, ਅਭੀ ਹਮ ਖੁਸ਼ ਥੇ, ਬੜਾ ਖੁਸ਼ ਥੇ, ਹਮ ਘਰ ਜਾ ਰਹੇ ਹੈ, ਕਿਉਂਕਿ ਸਟੂਡੈਂਟਸ ਹੈ, ਇਸਮੇ ਕੁਛ ਪੇਸ਼ੈਂਟਸ ਹੈ, ਲੇਡੀਜ਼ ਵੀ ਹੈ ਸਰ, ਅੰਦਰ ਚੈੱਕ ਕਰ ਸਕਦੇ। ਔਰ ਜੋ ਹੀ ਹਮ ਧਰਮਦਾਰ ਪਹੁੰਚੇ ਸਰ, ਧਰਮਦਾਰ ਪਹੁੰਚਦੇ ਹੀ ਹਮੇ ਬੋਲ ਗਿਆ ਕਿ ਆਪਕਾ ਜੋ ਕਿ ਜੇ ਕੇ ਐਡਮਿਨਿਸਟ੍ਰੇਸ਼ਨ ਹੈ ਵੋ ਆਪਕੋ ਅਲਾਉ ਨਹੀਂ ਕਰ ਰਹਾ ਹੈ, ਆਪਕੋ ਵਾਪਸ ਜਾਣਾ ਹੋਗਾ ਸਰ, ਠੀਕ ਹੈ ਸਰ। ਮੈਂ ਸਮਝ ਨਹੀਂ ਪਾ ਰਹਾ ਹੂੰ ਸਰ, ਜੇ ਕੇ ਐਡਮਿਨਿਸਟ੍ਰੇਸ਼ਨ ਹਮੇ ਅਲਾਉ ਕਿਉਂ ਨਹੀਂ ਕਰ ਰਹਾ, ਅਗਰ ਵਹਾਂ ਪੇ ਕੁਠਵਾ ਮੈਂ 1200 ਆਲਰੇਡੀ ਕੁਆਰੰਟਾਈਨ ਥੇ, ਦੇ ਹੈਵ ਕਲੀਅਰ ਦੈਟ, ਉਹਨੇ ਉਨਕੋ ਭੇਜਾ ਆ ਕੇ ਆਪ ਵਹਾਂ ਪੇ ਕੁਛ ਨਹੀਂ ਰਹਾ। ਅਗਰ ਕੱਲ ਬਠਿ ਯਹਾਂ ਪੇ ਬਟਾਲਾ ਅੰਮ੍ਰਿਤਸਰ ਸੇ ਕੱਲ 4 ਗਾੜੀਆਂ ਗਈ ਸਰ, ਉਸਮੇ ਸੇ 120 ਪਰਸਨ ਸੇ, ਦੇ ਵਰ ਆਲਸੋ ਲੇਬਰ ਸਰ, ਉਨਮੇ ਕੋਈ ਸਟੂਡੈਂਟ ਨਹੀਂ ਥਾ, ਉਨਕੋ ਕੁਆਰੰਟਾਈਨ ਕੀਆ ਗਿਆ ਸਰ, ਉਨਕੋ ਕੁਠਵਾ ਮੈਂ ਕੁਆਰੰਟਾਈਨ ਕੀਆ ਗਿਆ। ਅਗਰ ਹਮ ਵਹਾਂ ਪੇ ਅੰਮ੍ਰਿਤਸਰ ਪਹੁੰਚ ਕੇ ਹਮੇ ਕਿਉਂ ਵਾਪਸ ਭੇਜ ਦਿਆ ਸਰ, ਹਮੇ ਸਰ ਬਹੁਤ ਸਾਰੀ ਮੁਸ਼ਕਿਲਾਂ, ਹਮ ਜੇ ਕੇ ਐਡਮਿਨਿਸਟ੍ਰੇਸ਼ਨ ਸੇ ਰਿਕੁਐਸਟ ਕਰਤੇ ਸਰ, ਯਹਾਂ ਪੇ ਬਹੁਤ ਸਾਰੀ ਪ੍ਰੋਬਲਮ ਹੈ, ਗਰਮੀ ਹੈ, ਆਪ ਸਭ ਜਾਣਦੇ ਸਰ, ਬਠਿੰਡਾ ਜੋ ਕਿ ਪੰਜਾਬ ਡਿਸਟ੍ਰਿਕਟ ਮੈਂ ਸਭ ਹੋਟੈਸਟ ਡਿਸਟ੍ਰਿਕਟ ਹੈ ਸਰ, ਯਹਾਂ ਪੇ ਗਰਮੀ ਜ਼ਿਆਦਾ ਬੜ ਰਹੀ ਹੈ ਸਰ, ਠੀਕ ਹੈ ਸਰ। ਔਰ ਆਗੇ ਮਾਹੀ ਰਮਜ਼ਾਨ ਆਨੇ ਵਾਲਾ ਸਰ, ਬਹੁਤ ਦਿੱਕਤ ਹੈ ਸਰ, ਬਹੁਤ ਅੱਛਾ ਮਹੀਨਾ ਆਨੇ ਵਾਲਾ, ਪਾਕ ਮਹੀਨਾ ਆਨਾ, ਹਮ ਚਾਹਤੇ ਕਿ ਇਨ ਇਸ ਮਤਲਬ ਮਹੀਨੇ ਮੈਂ ਹਮ ਘਰ ਮੈਂ ਰਹੇ ਸਰ। ਮੈਂ ਆਪਕੀ ਚੈਨਲ ਕੀ ਵਸਾਦਤ ਸੇ ਆਪਣੇ ਜੇ ਕੇ ਐਡਮਿਨਿਸਟ੍ਰੇਸ਼ਨ ਜੋ ਕਿ ਲੇਜ਼ੀ ਐਡਮਿਨਿਸਟ੍ਰੇਸ਼ਨ ਹੈ ਸਰ, ਮੈਂ ਗੁਜ਼ਾਰਿਸ਼ ਕਰਨਾ ਚਾਹਤਾ ਹੂੰ ਕਿ ਹਮਾਰੇ ਲੀਏ ਕੋਈ ਬੰਦੋਬਸਤ ਕੀਜੀਏ, ਹਮੇ ਅਲਾਉ ਕੀਜੀਏ। ਅਗਰ ਮੈਂ ਯੇ ਵੀ ਕਹਤਾ ਹੂੰ ਸਰ, ਸਾਥ ਸਾਥ ਸਰ, ਅਗਰ 15 ਦਿਨ ਕਾ ਕੁਆਰੰਟ, ਹਮ ਯੇ ਨਹੀਂ ਕਹਤੇ ਉਹਨੇ ਕਿ ਆਪ ਹਮੇ ਸਿੱਧਾ ਜੇ ਕੇ ਐਡਮਿ ਮਤਲਬ ਕਸ਼ਮੀਰ ਮੈਂ ਅਲਾਉ ਕਰੇ ਸਰ, ਮੈਂ ਇਹ ਨਹੀਂ ਕਹਿ ਰਹਾ ਸਰ, ਮੈਂ ਯੇ ਕਹਤਾ ਹੂੰ ਕਿ ਆਪ ਹਮੇ ਵਹਾਂ ਪੇ ਕੁਆਰੰਟਾਈਨ ਕੀਜੀਏ ਸਰ, ਅਗਰ 15 ਦਿਨ ਕਾ ਕੁਆਰੰਟਾਈਨ, ਹਮੇ 20 ਦਿਨ ਰੋਕ ਲੀਜੀਏਗਾ ਸਰ ਵਹਾਂ ਪੇ, ਲੇਕਿਨ ਬਠਿੰਡਾ ਐਡਮਿਨਿਸਟ੍ਰੇਸ਼ਨ ਦਾ ਹੁਕਮ ਸੀਗਾ ਔਰ ਸਾਡੇ ਪ੍ਰਸ਼ਾਸਨ ਦਾ ਹੁਕਮ ਸੀਗਾ ਸਾਨੂੰ ਵੀ ਇਹਨਾਂ ਨੂੰ ਇਹਨਾਂ ਦੀਆਂ ਮਤਲਬ ਘਰ ਤੱਕ ਪਹੁੰਚਾਉਣ ਵਾਸਤੇ ਆਪਾਂ ਇਹਨਾਂ ਨੂੰ ਬਾਰਡਰ ਤੱਕ ਲੈ ਕੇ ਜਾਣਾ ਸੀਗਾ, ਲਖਨਪੁਰ ਬਾਰਡਰ ਤੱਕ। ਲੇਕਿਨ ਜਦੋਂ ਅਸੀਂ ਲਗਭਗ ਤਰਨ ਤਾਰਨ ਦੇ ਕੋਲ ਪਹੁੰਚੇ ਤਾਂ ਸਾਨੂੰ ਪਿੱਛੇ ਤੋਂ ਸਾਡੇ ਇੰਚਾਰਜ ਦਾ ਫੋਨ ਆਇਆ ਕਿ ਤਹਿਸੀਲਦਾਰ ਸਾਹਿਬ ਦਾ ਹੁਕਮ ਆ ਗਿਆ ਵੀ ਸਾਰੀਆਂ ਗੱਡੀਆਂ ਵਾਪਸ ਲਿਆ। ਅਸੀਂ ਉੱਥੇ ਰੋਕ ਕੇ ਗੱਲਬਾਤ ਕੀਤੀ ਉਹਨਾਂ ਦੇ ਨਾਲ ਵੀ ਕੀ ਕਾਰਨ ਹੈ, ਵੀ ਸਾਨੂੰ ਪਤਾ ਤਾਂ ਚੰਗੀ ਤਰ੍ਹਾਂ ਤਸੱਲੀ ਤਾਂ ਕਰ ਲਈਏ। ਜਦੋਂ ਅਸੀਂ ਪਤਾ ਕੀਤਾ ਤਾਂ ਫਿਰ ਉਹਨਾਂ ਦਾ ਫੋਨ ਆਇਆ ਵੀ ਅੱਗੇ ਗੱਡੀਆਂ ਨਹੀਂ ਜਾਣਗੀਆਂ, ਇਹਨਾਂ ਦੀ ਜਿਹੜੀ J&K ਦੀ ਮੈਨੇਜਮੈਂਟ ਹੈ ਉਹਨਾਂ ਨੇ ਇਹਨਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਫਿਰ ਅਸੀਂ ਜਦੋਂ ਉੱਥੇ ਦੁਬਾਰਾ ਫਿਰ ਉੱਥੇ ਰੁਕੇ ਤਾਂ ਫਿਰ ਇਹਨਾਂ ਨੇ ਥੋੜ੍ਹਾ ਮੋਟਾ ਵਿਚਾਰੇ ਇੱਕ ਤਰਲੇ ਕਰਦੇ ਰਹੇ ਵੀ ਸਾਨੂੰ ਤੁਸੀਂ ਆਪਣੀ, ਅਸੀਂ ਆਪਣੀ ਰਿਸਪੋਂਸੀਬਿਲਟੀ ਦੇ ਉੱਤੇ ਰਹਿ ਲਾਂਗੇ, ਉੱਥੇ ਸਾਨੂੰ ਤੁਸੀਂ ਇੱਕ ਵਾਰੀ ਸਾਨੂੰ ਬਾਰਡਰ ਦੇ ਉੱਤੇ ਛੱਡ ਦਿਓ। ਲੇਕਿਨ ਉੱਥੇ ਸਾਨੂੰ ਇਜਾਜ਼ਤ ਨਹੀਂ ਦਿੱਤੀ, ਸਾਨੂੰ ਪ੍ਰਸ਼ਾਸਨ ਨੇ ਵੀ ਇਜਾਜ਼ਤ ਨਹੀਂ ਦਿੱਤੀ, ਅਸੀਂ ਫਿਰ ਉੱਥੋਂ ਵਾਪਸ ਲੈ ਕੇ ਇਹਨਾਂ ਨੂੰ ਬਠਿੰਡੇ ਪਹੁੰਚ ਗਏ ਦੁਬਾਰਾ।
ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।